ਸੁਖਜੀਤ ਦੀ ਕਹਾਣੀ ਖਜੂਰਾਂ ਦਾ ਬਾਕੀ ਦਾ ਹਿੱਸਾ ਜਿਨ੍ਹਾਂ ਜਿਨ੍ਹਾਂ ਪੁਲਾਂ ਤੋਂ ਮੁੰਡਿਆਂ ਨੇ ਛਾਲ ਮਾਰੀ ਸੀ ਉੱਥੇ-ਉੱਥੇ ਕਾਰ ਸੇਵਾ ਵਾਲਾ ਬਾਬਾ ਖਾਨ ਪਾਟ ਰੱਖਣ ਲਈ ਕਹਿ ਰਿਹਾ ਸੀ ਕਾਮਰੇਡ ਨੇ ਖਾਲਸੇ ਨੂੰ ਕਿਹਾ ਫਿਰ ਬਾਬਾ ਮੁੰਡਿਆਂ ਨੂੰ ਮੱਥਾ ਟੇਕਣ ਲਈ ਸੱਦੂ ਤੇ ਜਿਹੜੇ ਮੁੰਡੇ ਪਿੰਡ 'ਚ ਮਸਾਂ ਰੋਕੇ ਹੋਏ ਨੇ ਉਹਨਾਂ 'ਚੋਂ ਪੁੱਲ ਤੇ ਕੋਈ ਛਾਲ ਮਾਰ ਗਿਆ ਤਾਂ ਬਾਬੇ ਦਾ ਕੁਛ ਨਹੀਂ ਜਾਣਾ ਕਿਸੇ ਦਾ ਪੁੱਤ ਤੁਰਜੂ ਤੇ ਜੇ ਮੈਂ ਰੋਕਦਾ ਤਾਂ ਕਹਿਣਗੇ ਕਿ ਕਾਮਰੇਡ ਐ ਤੂੰ ਰੋਕ ਤੂੰ ਅਮਰਤਾਰੀ ਖਾਲਸਾ ਬੋਲਿਆ ਮੰਨਦਾ ਕਾਮਰੇਡ ਵੀ ਅੰਮ੍ਰਿਤਧਾਰੀ ਕਿੰਨੇ ਕੰਮ ਆਉਂਦੇ ਨੇ ਹੁਣ ਇਹ ਵੀ ਮੰਨ ਲੈ ਕਿ ਗਦਰੀਵਾਦ ਦੇ ਬਾਬੇ ਅੰਮ੍ਰਿਤਧਾਰੀ ਸਨ ਤੇ ਉਹਨਾਂ ਪ੍ਰੇਰਣਾ ਸਿੱਖ ਇਤਿਹਾਸ ਤੋਂ ਲਈ ਸੀ ਖਾਲਸੇ ਨੇ ਸੁੱਤੀ ਕਲਾ ਜਗਾ ਲਈ ਕਾਮਰੇਡ ਠਰਮੇਨਲ ਬੋਲਿਆ ਦੇਖ ਖਾਲਸਾ ਗਦਰੀਆਂ ਚ ਅੰਮ੍ਰਿਤਧਾਰੀ ਵੀ ਹੋਣਗੇ ਪਰ ਮੁਸਲਮਾਨ ਤੇ ਹਿੰਦੂ ਵੀ ਸਨ ਤੇ ਪ੍ਰੇਰਣਾ ਉਹਨਾਂ ਆਇਰਲੈਂਡ ਦੇ ਸੰਘਰਸ਼ ਤੋਂ ਵੀ ਲਈ ਸਿੱਖੇ ਇਤਿਹਾਸ ਤੋਂ ਵੀ ਲਈ ਭਾਰਤੀ ਮਿਥਿਆਸ ਤੇ ਪੰਜਾਬੀ ਸਭਿਆਚਾਰ ਤੋਂ ਵੀ ਲਈ ਤੈਨੂੰ ਮੈਂ ਬਾਬਿਆਂ ਦੀਆਂ ਕਵਿਤਾਵਾਂ ਪੜਾਈਆਂ ਹੋਈਆਂ ਉਹੀ ਇਹ ਆਜ਼ਾਦੀ ਵਿਆਹਣ ਦੀ ਬਾਤ ਪਾਉਂਦੇ ਨੇ ਹੁਣ ਤੂੰ ਹੀ ਦੱਸ ਹੀਰ ਕੌਣ ਸੀ ਖਾਲਸਾ ਮੱਠਾ ਜਿਹਾ ਹੱਸ ਕੇ ਕਹਿਣ ਲੱਗਾ ਠੀਕ ਆ ਬਾਬਾ ਤੁਹਾਨੂੰ ਕਾਮਰੇਡਾਂ ਨੂੰ ਗੱਲਾਂ 'ਚ ਕਿਹੜਾ ਜਿੱਤ ਲੂ ਮੈਂ ਕਰਦਾ ਘਾਰ ਸੇਵਾਲੇ ਬਾਬੇ ਨਾਲ ਗੱਲ ਪਰ ਕਾਮਰੇਡ ਬੁਲਿਆ ਹੋਰ ਸੁਣ ਸਾਰੇ ਗਦਰੀ ਬਾਬੇ ਬਾਅਦ ਵਿੱਚ ਕਮਿਊਨਿਸਟ ਹੋ ਗਏ ਸੀ ਖਾਲਸਾ ਠੀਕ ਹੈ ਠੀਕ ਹੈ ਕਰਦਾ ਫੋਨ ਮਲਾਉਣ ਲੱਗਾ ਕਾਮਰੇਡ ਦੇ ਬੁલાਏ ਤਰਕਸ਼ੀਲ ਵੀ ਆਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਰਸ਼ ਵੀ ਕਮਰੇ 'ਚ ਬੰਦ ਹੈ ਤੋਂ ਉਹਨਾਂ ਸਭ ਤੋਂ ਪਹਿਲਾਂ ਉਹਨੂੰ ਮਿਲਣ ਦੀ ਸੋਚੀ ਅਰਸ਼ ਪਹਿਲਾਂ ਤਰਕਸ਼ੀਲਾਂ ਦੀਆਂ ਮੀਟਿੰਗਾਂ 'ਚ ਵੀ ਆਉਂਦਾ ਹੁੰਦਾ ਸੀ ਕਮਰੇ 'ਚ ਬੰਦ ਅਰਸ਼ ਦੇ ਰੋਲੇ ਨੇ ਘਰ ਸਿਰ ਤੇ ਚੱਕਣਾ ਲਾ ਲਿਆ ਜਿੰਦਾ ਖੁਲਵਾ ਮਾਸਟਰ ਤਰਲੋਚਨ ਤੇ ਦਲਵੀਰ ਅੰਦਰ ਬੜੇ ਤਾਂ ਘਰ ਦੇ ਮੋੜ ਬਾਹਰੋਂ ਕੁੰਡਾ ਲਾ ਦਿੱਤਾ ਅਰਸ਼ ਨੇ ਉਹਨਾਂ ਨੂੰ ਪਛਾਣਨ 'ਚ ਕੁਝ ਪਲ ਲਾਏ ਅਰਸ਼ ਤੇ ਕਮਰੇ ਦਾ ਕੋਈ ਹਾਲ ਨਹੀਂ ਸੀ ਦੁਪਹਿਰ ਦੀਆਂ ਦਾਲ ਰੋਟੀਆਂ ਕੰਧਾਂ ਤੇ ਫਰਸ਼ ਤੇ ਖਿਲਰੀਆਂ ਪਈਆਂ ਸੀ ਅਰਸ਼ ਉਹਨਾਂ ਦੇ ਗੱਲ ਲੱਗਦਾ ਬੋਲਿਆ ਚੰਗਾ ਹੋ ਗਿਆ ਤੁਸੀਂ ਆ ਗਏ ਘਰਦਿਆਂ ਨੂੰ ਸਮਝਾਓ ਮੈਨੂੰ ਹੁਣ ਕੋਈ ਨਹੀਂ ਬਚਾ ਸਕਦਾ ਅਸੀਂ ਤੈਨੂੰ ਬਚਾਉਣਾ ਯਾਰਸ਼ ਤੁਸੀਂ ਵੀ ਭੋਲੇ ਹੋ ਮਾਸਟਰ ਜੀ ਅਰਸ਼ ਹੋਰ ਹੀ ਤਰ੍ਹਾਂ ਬੋਲਿਆ ਮੈਂ ਤਾਂ ਕੀ ਕੋਈ ਮੁੰਡਾ ਵੀ ਨਹੀਂ ਬਚਣਾ ਉਹਨੇ ਦੋ ਹੀ ਹੱਥ ਡੋਰਾਂ ਘਮਾਏ ਮਸਲਾ ਕੀ ਯਾਰਸ਼ ਆਪਾਂ ਡਿਸਕਸ ਕਰਦੇ ਹਾਂ ਡਿਸਕਸ ਉਹ ਫਿਰ ਉੱਪਰ ਹਾਸਾ ਹੱਸਿਆ ਫਿਰ ਉਹਨੇ ਖੱਬਾ ਹੱਥ ਕੰਨ ਤੇ ਰੱਖੀ ਸੱਜੀ ਬਾਹ ਚੱਕ ਧਾਰਨਾ ਪੜੀ ਉਹ ਤੈਨੂੰ ਰੋਗ ਦਾ ਪਤਾ ਨਹੀਂ ਕੋਈ ਵੈਦਾਂ ਮੇਰੀ ਬਾਹ ਛੱਡਦੇ ਉਦੋਂ ਉਹਦੀ ਹਾਲਤ ਦੇ ਸਿਰ ਹੋਣ ਲਈ ਸਿਰ ਹਿਲਾ ਰਹੇ ਸਨ ਦੇਖ ਅਰਸ਼ ਤੂੰ ਸਿਆਣਾ ਮੁੰਡਾ ਸਾਨੂੰ ਨਹੀਂ ਪਤਾ ਤੂੰ ਤਾਂ ਸਮਝਾ ਸਕਦਾ ਹੈ ਜੇ ਗੱਲ ਸਾਡੀ ਸਮਝ ਆ ਗਈ ਤਾਂ ਅਸੀਂ ਤੇਰੇ ਨਾਲ ਸਹਿਮਤ ਹੋ ਜਾਾਂਗੇ ਅਰਸ਼ ਨੇ ਕੁਝ ਸੋਚਿਆ ਤਾਂ ਦਲਵੀਰ ਬੋਲਿਆ ਬੈਠ ਛੋਟੇ ਭਾਈ ਆਪਾਂ ਬੈ ਕੇ ਗੱਲ ਕਰਦੇ ਆ ਤੁਸੀਂ ਬੈਠੋ ਮੈਨੂੰ ਕਾਲੀ ਅਜਿੰਦਰ ਆਉਣ ਵਾਲਾ ਤੂੰ ਤਾਂ ਇਹੋ ਜਿਹਾ ਹੈ ਨਹੀਂ ਸੀ ਅਰਸ਼ ਤਰਲੋਚਨ ਨੇ ਬੈੰਦੇ ਆ ਦੁੱਖ ਨਾਲ ਕਿਹਾ ਅਰਸ਼ ਨੇ ਠੰਡਾ ਸਾਹ ਭਰਿਆ ਫਿਰ ਗੁੱਡਿਆਂ ਭਾਰ ਹੋ ਕੇ ਕਹਿਣ ਲੱਗਾ ਮੇਰੇ ਨਾਲ ਪ੍ਰੋਮਿਸ ਕਰੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਫਿਰ ਤੁਸੀਂ ਮੈਨੂੰ ਵੱਡੇ ਗੁਰਦੁਆਰੇ ਲੈ ਕੇ ਜਾਓਗੇ ਤਰਲੋਚਲ ਤਰਲੋਚਨ ਕੁਝ ਸੋਚਣ ਲੱਗਾ ਦਲਵੀਰ ਬੋਲਿਆ ਹਾਂ ਪੱਕਾ ਪ੍ਰੋਮਿਸ ਤੂੰ ਕੁਝ ਲੁਕੋਈ ਨਾ ਅਰਸ਼ ਕੁਰਸੀ ਖਿੱਚ ਕੇ ਸਾਹਮਣੇ ਬੈੰਦਾ ਦੱਬਵੀਂ ਸੁਰਚ ਬੋਲਿਆ ਦੇਖੋ ਸਮਾਨ ਆਉਂਦਾ ਹੈ ਪਾਕਿਸਤਾਨ ਤੋਂ ਉੱਥੋਂ ਆਪਣੇ ਮੌਲਵੀਆਂ ਤੋਂ ਕਲਮਾ ਪੜਾ ਕੇ ਭੇਜਦੇ ਨੇ ਜਿਨੇ ਇੱਕ ਵਾਰੀ ਲਾ ਲਿਆ ਛੱਡ ਤਾਂ ਉਹ ਸਕਦਾ ਹੀ ਨਹੀਂ ਤੇ ਪੱਥਰ ਤੇ ਲੀਕ ਆ ਕਿ ਇਹਨੇ ਜਾਨ ਲੈਣੀ ਲੈਣੀ ਆ ਤੇ ਦੂਜੀ ਵੀ ਪੱਥਰ ਤੇ ਲੀਕ ਆ ਕਿ ਅਗਲੇ ਜਨਮ ਅਸੀਂ ਮੁਸਲਮਾਨ ਬਣ ਕੇ ਜੰਮਣਾ ਵੀ ਪਾਕਿਸਤਾਨ ਆ ਉਹ ਕੁਝ ਦਿਨ ਚੁੱਪ ਰਿਹਾ ਫਿਰ ਬੋਲਿਆ ਯਾਦੂ ਕਹਿੰਦਾ ਹੈ ਕਿ ਵੱਡੇ ਗੁਰਦੁਆਰੇ ਜਾ ਕੇ ਅਰਦਾਸ ਕਰੋਗੇ ਤਾਂ ਪਾਕਿਸਤਾਨ 'ਚ ਨਹੀਂ ਇੱਥੇ ਜਮੂਗੇ ਮੁੜ ਕੇ ਫਿਰ ਊਠਦਾ ਬੋਲਿਆ ਹਾਏ ਓਏ ਉਹ ਇੰਨੀਆਂ ਹਾਕਾਂ ਮਾਰਦੇ ਨੇ ਕਿ ਬੁਰਾ ਹਾਲਾ ਉਹਨਾਂ ਦਾ ਵੀ ਸਾਡਾ ਵੀ ਤਰਲੋਚਨ ਇੱਕਦਮ ਬੋਲਿਆ ਮੂੰਹ ਆ ਗਈ ਗੱਲ ਸਮਝ ਹਾਂ ਤੇਰੇ ਨਾਲ ਪੱਕਾ ਪ੍ਰੋਮਿਸ ਤੈਨੂੰ ਸਿਰਫ ਵੱਡੇ ਗੁਰਦੁਆਰੇ ਹੀ ਨਹੀਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਵਾਵਾਂਗੇ ਸਾਥ ਚ ਕਾਮਰੇਡ ਖਾਲਸੇ ਨੂੰ ਸੁਣਾ ਕੇ ਕਹਿ ਰਿਹਾ ਸੀ ਦੇਖਿਆ ਫਿਰ ਫੜ ਲਈ ਨਾ ਕਾਮਰੇਡਾਂ ਨੇ ਮਸਲੇ ਦੀ ਜੜ ਅਸਲੀ ਜੜ ਤਾਂ ਵੈਗਰੂ ਹੀ ਜਾਣਦਾ ਹੈ ਖਾਲਸੇ ਨੇ ਮੂੰਹ ਚੜ੍ਹਿਆ ਵਾਕ ਬੋਲਿਆ ਵੈਗਰੂ ਤੈਨੂੰ ਤਾਂ ਦੱਸਦਾ ਹੀ ਹੋ ਤੂੰ ਤਾਂ ਉਹਦਾ ਖਾਸ ਹੈ ਕਾਮਰੇਡ ਨੇ ਆਰ ਲਾਈ ਖਾਲਸਾ ਕੁਝ ਨਰਮ ਪੈ ਕੇ ਬੋਲਿਆ ਮੈਂ ਤਾਂ ਸੁਭਾਅਕ ਗੱਲ ਕੀਤੀ ਐ ਕਾਮਰੇਡ ਬਈ ਅਜੇ ਕਿਹੜਾ ਕੁਝ ਸੌਰ ਗਿਆ ਮਸਲਾ ਸਮਝਤਾ ਆ ਕਿ ਮੁੰਡੇ ਵੱਡੇ ਗੁਰਦੁਆਰੇ ਨੂੰ ਕਿਉਂ ਭੱਜਦੇ ਸੀ ਕਾਮਰੇਡ ਨੇ ਗੱਲ ਸਮਝਾਈ ਤਰਕਸ਼ੀਲਾਂ ਦੀ ਪੂਰੀ ਟੀਮ ਪਿੰਡ ਚ ਪਹੁੰਚ ਚੁੱਕੀ ਸੀ ਕਾਮਰੇਡ ਦਾ ਪੁੱਤ ਗੋਰਕੀ ਤੇ ਖਾਲਸੇ ਦਾ ਦਲਮੇਗ ਉਹਨਾਂ ਦੇ ਨਾਲ ਘਰ ਉੱਕਰੀ ਜਾ ਰਹੇ ਸਨ ਕਮਰਿਆਂ ਚ ਬੰਦ ਮੁੰਡਿਆਂ ਨੂੰ ਸਮਝਾਪ ਜਾ ਕੇ ਤਰਕਸ਼ੀਲਾਂ ਨੇ ਹਸਪਤਾਲ ਜਾਣ ਲਈ ਮਨਾ ਲਿਆ ਪਿੰਡ ਦੇ ਸਿਆਣੇ ਬੰਦਿਆਂ ਨਾਲ ਰਲ ਕਾਮਰੇਡ ਤੇ ਖਾਲਸੇ ਨੇ ਸਾਰੇ ਪ੍ਰਬੰਧ ਕਰ ਮੁੰਡਿਆਂ ਨੂੰ ਹਸਪਤਾਲ 'ਚ ਪਹੁੰਚਾ ਦਿੱਤਾ ਤਰਕਸ਼ੀਲਾ ਨੂੰ ਤੋਰ ਜਦੋਂ ਸਾਥ ਚਾਏ ਤਾਂ ਪਤਾ ਲੱਗਾ ਕਿ ਸਰਪੰਚ ਭਾਈ ਤੇ ਪੰਡਤ ਉਹਨਾਂ ਦਾ ਤੇ ਤਰਕਸ਼ੀਲਾ ਦਾ ਵਿਰੋਧ ਕਰ ਰਹੇ ਨੇ ਇਹਨਾਂ ਦਾ ਵਿਰੋਧ ਕਰਨਾ ਹੀ ਹੈ ਤੋਰੀ ਫੁਲਕਾ ਜੋ ਬੰਦ ਹੁੰਦਾ ਹੈ ਖਾਲਸਾ ਬੋਲਿਆ ਤਾਂ ਕਾਮਰੇਡ ਨੇ ਕਿਹਾ ਵਿਰੋਧ ਤਾਂ ਹਲੇ ਹੋਣਾ ਹੈ ਵੱਡੀ ਲੜਾਈ ਤਾਂ ਜੀ ਆਪਾਂ ਲੜਨੀ ਹੈ ਸਭ ਨੇ ਕਾਮਰੇਡ ਵੱਲ ਦੇਖਿਆ ਕਹਿਣ ਲੱਗਾ ਕਿੰਨੇ ਚਿਰ ਤੋਂ ਪਿੰਡਾਂ 'ਚ ਰਾਤ ਬਰਾਤੇ ਜਾਂ ਤੜਕੇ ਚੋਰੀ ਛਿਪੇ ਆਉਂਦੇ ਮੋਟਰਸਾਈਕਲਾਂ ਦੇ ਨੰਬਰ ਇੱਕ ਦਿਨ ਮੈਂ ਥਾਣੇ ਦੇ ਆਇਆ। ਫੇਰ ਕਿਸੇ ਨੇ ਕਾਲਾ ਪਾ ਕੇ ਪੁੱਛਿਆ। ਫੇਰ ਉਹ ਚੋਰੀ ਛਿਪੇ ਦੀ ਥਾਂ ਤੜਲੇ ਨਾਲ ਆਉਣ ਲੱਗ ਪਏ। ਕਾਮਰੇਟ ਦੇ ਬੋਲਾਂ 'ਚ ਤਪਸ਼ ਸੀ। ਕੁੱਤੀ ਚੋਰਾਂ ਨਾਲ ਰਲ ਹੀ ਹੋਈ ਐ। ਖਾਲਸੇ ਨੇ ਹਰਖ ਨਾਲ ਕਿਹਾ। ਸਾਹਮਣੇ ਉਹ ਗੋਰਕੀ ਤੇ ਦਲਮੀਗ ਨੂੰ ਕਾਲੀ ਨਾਲ ਆਉਂਦੇ ਦੇਖ ਸਾਰੇ ਉੱਧਰ ਦੇਖਣ ਲੱਗੇ। ਲਾਲ ਬੱਤੀ ਵਾਲੀ ਗੱਡੀ ਆਈ ਆ। ਵਿੱਚ ਗਨਮੈਨ ਵੀ ਨੇ। ਦਲਮੀਗ ਨੇ ਦੱਸਿਆ ਨਾਲ ਇੱਕ ਜੀਪ ਉਹਦੇ ਚੋਂ ਮੁੰਡੇ ਵੀ ਨੇ ਜਿਹੜੇ ਮੋਟਰਸਾਈਕਲਾਂ ਤੇ ਸਮਾਨ ਦੇ ਕੇ ਜਾਂਦੇ ਨੇ ਗੁਰਕੀ ਨੇ ਗੱਲ ਪੂਰੀ ਕੀਤੀ ਮੈਂ ਇਸੇ ਲੜਾਈ ਦੀ ਗੱਲ ਕਰਦਾ ਸੀ ਕਾਮਰੇਡ ਨੇ ਕਿਹਾ ਤਾਂ ਸੱਤ ਨੂੰ ਜਿਵੇਂ ਸੱਪ ਸੁੰਗਿਆ ਪਰ ਖਾਲਸਾ ਬੋਲਿਆ ਮੰਤਰੀ ਦੇ ਬੰਦੇ ਨੇ ਸਾਰਾ ਗੰਦ ਇਹ ਨਾ ਨਹੀਂ ਪਾਇਆ ਅੱਜ ਕੱਢ ਦੇਈਏ ਫਿਰ ਗੰਦ ਪਿੰਡ ਚ ਕਾਮਰੇਡ ਨੇ ਖਾਲਸੇ ਵੱਲ ਦੇਖਿਆ ਉਦੋਂ ਹੀ ਸੱਤ ਕੋਲੋਂ ਸਰਪੰਚ ਭਾਈ ਪੰਡਤ ਤੇ ਤਿੰਨ ਚਾਰ ਹੋਰ ਬੰਦੇ ਲੰਗੇ ਚੱਲੇ ਮੰਤਰੀ ਦੇ ਚਮਚੇ ਕੋਈ ਹੌਲੀ ਦੇਣੇ ਬੋਲਿਆ ਆਪਾਂ ਵੀ ਕਰੀਏ ਬੰਦੇ ਇਕੱਠੇ ਖਾਲਸੇ ਨੇ ਕਾਮਰੇਡ ਵੱਲ ਦੇਖਿਆ ਬੰਦੇ ਕਿਹੜੇ ਬੰਦੇ ਆਪਾਂ ਹੈਗੇ ਆ ਕਾਮਰੇਡ ਇੱਕ ਟੱਕ ਖਾਲਸੇ ਵੱਲ ਦੇਖ ਰਿਹਾ ਸੀ ਖਾਲਸਾ ਕਹਿਣ ਲੱਗਾ ਆਪਾਂ ਕੱਲੇ ਕਾਮਰੇਡ ਨੇ ਖਾਲਸੇ ਦੇ ਮੋਢੇ ਤੇ ਹੱਥ ਰੱਖਿਆ ਬੋਲਿਆ ਖਾਲਸਾ ਮੈਂ ਤੈਨੂੰ ਪੁੱਛਦਾ ਹੁੰਦਾ ਸੀ ਨਾ ਕਿ ਚਮਕੌਰ ਸਾਹਿਬ ਗਿਆ ਅੱਜ ਦੱਸਦਾ ਕਿਉਂ ਕਿਉਂ ਪੁੱਛਦਾ ਸੀ ਕਿਉਂ ਖਾਲਸੇ ਨੇ ਅੱਖਾਂ ਸੂ ਕਿਹੜੀਆਂ ਤੂੰ ਚਮਕੌਰ ਸਾਹਿਬ ਦੇ ਆਲੇ ਦੁਆਲੇ ਕਦੇ ਨਹੀਂ ਘੁੰਮਿਆ ਮੈਂ ਕੁਮਿਆ ਚਾਰੇ ਪਾਸੇ ਬੇਅੰਤ ਖਜੂਰਾ ਨੇ ਫਿਰ ਖਾਲਸਾ ਜੀ ਵੀ ਹੈਰਾਨ ਖੜਾ ਸੀ ਇਹ ਖਜੂਰਾ ਉੱਥੇ-ਉੱਥੇ ਨੇ ਜਿੱਥੇ-ਜਿੱਥੇ ਕੱਚੀ ਗੜੀ ਨੂੰ ਘੇਰਾ ਪਾ ਕੇ ਮੁਗਲ ਫੌਜ ਬੈਠੀ ਸੀ ਜੰਗ 'ਚ ਸਿੰਘਾਂ ਦੀ ਖੁਰਾਕ ਸੀ ਭੁੱਜੇ ਛੋਲੇ ਤੇ ਮੁਗਲ ਫੌਜ ਕੋਲ ਖਜੂਰਾ ਜਿੱਥੇ-ਜਿੱਥੇ ਉਹਨਾਂ ਨੇ ਗਿਟਕਾਂ ਸਿਟੀਆਂ ਉੱਥੇ-ਉੱਥੇ ਖਜੂਰਾ ਉੱਗੀਆਂ ਹੁਣ ਕੁਝ ਘਟ ਗਈਆਂ ਪਰ ਕਦੇ ਚੱਪੇ-ਚੱਪੇ ਤੇ ਸਨ ਖਾਲਸਾ ਕਾਮਰੇਡ ਦੀ ਸਿਰਫ ਸਿਰ ਹਿਲਾ ਰਿਆ ਸੀ ਕਾਮਰੇਡ ਕਹਿ ਰਿਹਾ ਸੀ ਇੰਨੀ ਫੌਜ ਦੇ ਘੇਰੇ ਹੋਇਆ ਵੀ ਉਹਨਾਂ ਸਰੈਂਡਰ ਨਹੀਂ ਕੀਤਾ ਆਪਾਂ ਉਹਨਾਂ ਦੇ ਵਾਰਿਸ ਆ ਤੇ ਜਿਹੜੇ ਗੁਰੂ ਨੇ ਇਕੱਲੇ ਨੇ ਬਾਹਰ ਨਿਕਲ ਕੇ ਤਾੜੀ ਮਾਰੀ ਸੀ ਉਹਦੇ ਸਿੱਖਾਂ ਖਾਲਸੇ ਨੇ ਪੂਰੇ ਜੋਸ਼ ਨਾਲ ਜੈਕਾਰਾ ਲਾਉਂਦੇ ਆ ਕਾਮਰੇਡ ਨੂੰ ਕਲਾਵੇ ਚ ਘੁੱਟ ਲਿਆ ਤੇ ਉੱਚੀ ਉੱਚੀ ਬੋਲਿਆ ਓ ਜੀ ਓਏ ਕਾਮਰੇਡਾ ਜੀ ਜਦੋਂ ਵਕ ਹੋਏ ਕਾਮਰੇਡ ਨੇ ਕਿਹਾ ਹੋਰ ਸੁਣ ਖਾਲਸਾ ਆ ਹੁਣ ਪੰਜਾਬ ਦੇ ਸੂਬੇਦਾਰ ਦਾ ਪੁੱਤ ਦੁਬਈ ਤੇ ਰੇਗਿਸਤਾਨੀ ਹੋਟਲਾਂ ਚ ਖਜੂਰਾ ਵੇਖ ਕੇ ਪੰਜਾਬ ਚ ਵੀ ਖਜੂਰਾ ਲਾ ਕੇ ਆਪਾਂ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਹੁਣ ਪੰਜਾਬ ਨੂੰ ਚਿੱਟਾ ਰੇਗਿਸਤਾਨ ਬਣਾ ਕੇ ਰਹਿਣਗੇ ਖਜੂਰਾ ਵੇਖ ਕੇ ਮੇਰੇ ਅੰਦਰ ਤਾਂ ਅੱਗ ਲੱਗ ਜਾਂਦੀ ਆ ਖਾਲਸਾ ਖਾਲਸਾ ਬੋਲਿਆ ਅੰਦਰ ਤਾਂ ਹੁਣ ਮੇਰਾ ਵੀ ਮੱਚਦਾ ਹੈ ਕਾਮਰੇਡ ਚੱਲ ਪਹਿਲਾਂ ਮੰਤਰੀ ਸੰਤਰੀ ਭਜਾਈਏ ਥੋਡੇ ਵੱਲ ਝੰਡੇ ਹੈਗੇ ਗੁਰਕੀ ਦਲਮੇਗ ਨੇ ਪੁੱਛਿਆ ਤਾਂ ਗੁਰਕੀ ਬੋਲਿਆ ਹੈਗੇ ਪਰ ਸਾਰੇ ਲਾਲ ਰੰਗ ਦੇ ਨੇ ਦਲਮੇਗ ਕਹਿੰਦਾ ਰੰਗ ਦਾ ਕੋਈ ਨਹੀਂ ਵਿੱਚ ਡਾਂਗ ਤਕੜੀ ਚਾਹੀਦੀ ਆ ਧੰਵਾਦ